ਸਰਕਾਰ ਦਾਅਵੇ ਕਰਨ ਦੀ ਹੈ, ਟੀਵੀ 'ਚ ਦਿਖਾਈ ਜਾਣ ਦੀ, ਅਸੀਂ ਉਹ ਪਹੁੰਚਾਤਾ, ਜੇ ਪਹੁੰਚਾਤਾ, ਕੱਖ ਨਹੀਂ ਪਹੁੰਚਾ ਇੱਧਰ ਦੀ, ਸਭ ਝੂਠ। ਬੱਚਿਆਂ ਵੱਲ ਵੇਖੋ, ਬੱਚੇ ਭੁੱਖੇ ਭਾਣੇ ਬੈਠੇ ਆ ਥੱਲੇ, ਬੁਰਾ ਹਾਲ ਹੈ ਜੀ ਇਹਨਾਂ ਦਾ। ਦੁਕਾਨਾਂ ਬੰਦ ਆ, ਕੋਈ ਹਾਲ ਨਹੀਂ ਆ, ਕੋਈ ਦਵਾਈ ਦੀ ਨਹੀਂ ਵਿਵਸਥਾ ਹੈਗੀ, ਕੋਈ ਸਬਜ਼ੀ ਦੀ ਨਹੀਂ, ਕੋਈ ਮਤਲਬ ਸਹਾਇਤਾ ਹੀ ਨਹੀਂ ਜੀ ਹੈਗੀ। ਟੀਵੀ 'ਤੇ ਆਉਂਦੇ ਵਾਰ ਵਾਰ ਕਹਿਣ ਦੇ, ਮਤਲਬ ਕਹੀ ਜਾਣ ਡੇ ਆ ਬਈ ਬਹੁਤ ਕੁਝ ਦੇ ਦਿੱਤਾ, ਜੇ ਦੇ ਦਿੱਤਾ, ਉਹ ਦੇ ਦਿੱਤਾ, ਕੱਖ ਨਹੀਂ ਮਿਲਿਆ ਅੱਜ ਤੱਕ। ਸੰਘਰਸ਼ ਕਰ ਰਿਹਾ, ਤੁਸੀਂ ਲੋਕੀ ਬਾਂਹ ਫੜਾ ਕੇ ਸਾਨੂੰ ਗੁੰਮਰਾਹ ਕਰ ਰਹੇ ਹੋ, ਪੂਰਾ ਦਿਨ ਅਸੀਂ ਸੜਕਾਂ ਤੇ ਰਹਿੰਦੇ ਹਾਂ। ਕਰਫਿਊ ਲੱਗਿਆ ਹੋਇਆ ਤੇ ਪੰਜਾਬ ਪੁਲਿਸ ਸੜਕਾਂ ਤੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਘਰਾਂ ਘਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਦਾਵਾ ਕੈਪਟਨ ਸਰਕਾਰ ਕਰਦੀ ਹੈ ਤੇ ਪਹਿਲਾਂ ਆ ਵੀਡੀਓ ਵੇਖੋ, ਜਿਸ 'ਚ ਲੋਕਾਂ ਵੱਲੋਂ ਰਾਸ਼ਨ ਨਾ ਮਿਲਣ ਤੇ ਸਰਕਾਰ ਖਿਲਾਫ ਗੁੱਸਾ ਤੇ ਮੰਗ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਤੋਂ ਬਾਅਦ ਫਿਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਥਾਨਕ SHO ਘਰ ਪਹੁੰਚਦੇ ਨੇ ਤੇ ਫਿਰ ਇਕੱਲੇ ਇਕੱਲੇ ਕੋਨੇ 'ਚ ਵੜ ਵੀਡੀਓ ਵਾਇਰਲ ਕਰਨ ਵਾਲੇ ਦਾ ਜਲੂਸ ਕੱਢਿਆ ਜਾਂਦਾ ਹੈ। ਪਹਿਲਾਂ ਲੋਕਾਂ ਵੱਲੋਂ ਵਾਇਰਲ ਕੀਤੀ 2 ਮਿੰਟ ਦੀ ਵੀਡੀਓ ਵੇਖੋ। ਆ ਹੋ ਗਿਆ ਸਾਨੂੰ ਘਰਾਂ 'ਚ ਵਿੱਚ ਭੁੱਖੇ ਭਾਣੇ ਬੈਠੇ ਹਾਂ, ਕੋਈ ਕੰਮਕਾਰ ਨਹੀਂ, ਕੋਈ ਦਿਹਾੜੀਦਾਰ ਨਹੀਂ, ਠੀਕ ਹੈ ਜੀ। ਅਸੀਂ ਰੋਜ਼ ਕਮਾਉਣ ਵਾਲੇ ਅਤੇ ਰੋਜ਼ ਖਾਣ ਵਾਲੇ ਹਾਂ, ਸਾਡੇ ਤੱਕ ਕੋਈ ਸਹਾਇਤਾ ਅਜੇ ਤੱਕ ਨਾ ਸਰਕਾਰ ਵੱਲੋਂ ਅਤੇ ਨਾ ਕਿਸੇ ਪਿੰਡ ਵਾਲੇ ਵਾਂਗ ਨੂੰ ਕੋਈ ਸਹਾਇਤਾ ਨਹੀਂ ਮਿਲੀ ਅਜੇ ਤੱਕ। ਸਰਕਾਰ ਦਾਅਵੇ ਕਰਨ ਦੀ ਹੈ, ਟੀਵੀ 'ਚ ਦਿਖਾਈ ਜਾਣ ਦੀ, ਅਸੀਂ ਉਹ ਪਹੁੰਚਾਤਾ, ਜੇ ਪਹੁੰਚਾਤਾ, ਕੱਖ ਨਹੀਂ ਪਹੁੰਚਾ ਅਜੇ ਤੱਕ ਜੀ, ਸਭ ਝੂਠ। ਬੱਚਿਆਂ ਵੱਲ ਵੇਖੋ, ਬੱਚੇ ਭੁੱਖੇ ਭਾਣੇ ਬੈਠੇ ਆ ਥੱਲੇ, ਬੁਰਾ ਹਾਲ ਹੈ ਜੀ ਇਹਨਾਂ ਦਾ। ਦੁਕਾਨਾਂ ਬੰਦ ਆ, ਕੋਈ ਹਾਲ ਨਹੀਂ ਆ, ਕੋਈ ਦਵਾਈ ਦੀ ਨਹੀਂ ਵਿਵਸਥਾ ਹੈਗੀ, ਕੋਈ ਸਬਜ਼ੀ ਦੀ ਨਹੀਂ, ਕੋਈ ਮਤਲਬ ਸਹਾਇਤਾ ਹੀ ਨਹੀਂ ਜੀ ਹੈਗੀ। ਟੀਵੀ 'ਤੇ ਆਉਂਦੇ ਵਾਰ ਵਾਰ ਕਹਿਣ ਦੇ, ਮਤਲਬ ਕਹੀ ਜਾਣ ਡੇ ਆ ਬਈ ਬਹੁਤ ਕੁਝ ਦੇ ਦਿੱਤਾ, ਜੇ ਦੇ ਦਿੱਤਾ, ਉਹ ਦੇ ਦਿੱਤਾ, ਕੱਖ ਨਹੀਂ ਮਿਲਿਆ ਅਜੇ ਤੱਕ। ਹੱਥ ਜੋੜ ਕੇ ਬੇਨਤੀ ਸਰਕਾਰ ਨੂੰ ਕਿ ਇੱਥੇ ਚੁੱਪ ਚਾਓ। ਹੱਥ ਜੋੜ ਕੇ ਬੇਨਤੀ ਹੈ ਸਰਕਾਰ ਗਾ ਜੀ ਔਰ ਗੁਰਦੁਆਰਾ ਸਾਹਿਬ ਗਾ ਜੀ ਵੀ, ਬਈ ਸਾਡੇ ਤੱਕ ਚੀਜ਼ਾਂ ਪਹੁੰਚਾਈਆਂ ਜਾਂ ਰਾਸ਼ਨ ਪਹੁੰਚਾਇਆ ਜਾਏ ਪਿੰਡ ਹਰੂਆਲ ਵੱਲੋਂ। ਇਹ ਬੇਨਤੀ ਆ ਜੀ ਸਾਰੇ ਨਗਰ ਵੱਲੋਂ। ਮੈਂ ਸਰਦਾਰ ਨਰਿੰਦਰ ਸਿੰਘ, ਸਾਨੂੰ ਸਰਦਾਰ ਪ੍ਰੀਤਮ ਸਿੰਘ ਜੀ, ਮਹਿਰਾ ਪਰਿਵਾਰ, ਸਾਰੇ ਅਸੀਂ ਮਹਿਰਾ ਬਰਾਦਰੀ ਇਕੱਠੀ ਹੋਏ ਹਾਂ। ਅਸੀਂ ਸਾਰੇ ਦਿਨ ਮਜ਼ਦੂਰੀ ਕਰੀਏ ਅਤੇ ਫਿਰ ਰਾਤ ਨੂੰ ਆ ਕੇ ਤਾਂ ਰੋਟੀ ਪਾਣੀ ਖਾਈਦਾ ਹੈ, ਪਰ 10 ਦਿਨ ਹੋ ਗਏ ਹਨ, ਨਾ ਕੋਈ ਸਾਡੇ ਕੋਈ ਮਜ਼ਦੂਰੀ ਮਿਲ ਰਹੀ ਆ, ਨਾ ਕੋਈ ਸਾਨੂੰ ਕੋਈ ਰਾਸ਼ਨ ਪਾਣੀ ਮਿਲ ਰਿਹਾ। ਜੋ ਵੀ ਸਾਡੇ ਕੋਲ ਰਾਸ਼ਨ ਪਾਣੀ ਸੀ ਉਹ ਸਾਰਾ ਖਤਮ ਹੋ ਚੁੱਕਾ ਹੈ ਅਤੇ ਬੱਚੇ ਸਾਡੇ ਭੁੱਖੇ ਦੇ ਨਾਲ ਵਿਲਕ ਰਹੇ, ਨਾ ਕਿਸੇ ਬੱਚੇ ਨੂੰ ਦੁੱਧ ਮਿਲ ਰਿਹਾ, ਨਾ ਕਿਸੇ ਨੂੰ ਰੋਟੀ ਮਿਲ ਰਹੀ ਹੈ। ਇਸ ਕਰਕੇ ਸਰਕਾਰ ਅੱਗੇ ਬੇਨਤੀ ਹੈ ਕਿ ਸਾਨੂੰ ਇੱਥੇ ਰਾਸ਼ਨ ਕੋਈ ਪਹੁੰਚਾਇਆ ਜਾਵੇ, ਕੋਈ ਡਾਕਟਰੀ ਸਹਾਇਤਾ ਦਿੱਤੀ ਜਾਵੇ, ਸਾਡੇ ਬੱਚੇ ਬਿਮਾਰ ਹਨ। ਫਿਰ ਇਹ ਅਸੀਂ ਰੋਜ਼ ਸੁਣ ਰਹੇ ਹਾਂ ਟੀਵੀ ਦੇ ਵਿੱਚ ਵੀ ਅਸੀਂ 10 ਕਿਲੋ ਆਟਾ ਪਹੁੰਚਾਵਾਂਗੇ, 2 ਕਿਲੋ ਖੰਡ ਪਹੁੰਚਾਵਾਂਗੇ, ਘਿਓ ਪਹੁੰਚਾਵਾਂਗੇ, ਪਰ ਸਾਡੇ ਤੱਕ ਅਜੇ ਕੋਈ ਵੀ ਨਹੀਂ ਪਹੁੰਚਾ, ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਅਤੇ ਨਾ ਹੀ ਪਿੰਡ ਵੱਲੋਂ। ਇਹ ਹੱਥ ਜੋੜ ਕੇ ਬੇਨਤੀ ਹੈ ਸਾਡੇ ਬੱਚਿਆਂ ਦੀ ਸਾਰ ਲਈ ਜਾਵੇ ਅਤੇ ਸਾਡੀ ਸਾਰ ਲਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ SHO ਦਾ ਛਾਪਾ ਵੇਖੋ ਤਾਂ ਸਭ ਕੁਝ ਆਪਣੇ ਆਪ ਸਮਝ ਆ ਜਾਵੇਗਾ। ਆ ਦੇਖੋ ਜੀ, ਆਟਾ ਤੁਹਾਡੇ ਘਰ ਹੈਗਾ? ਮੇਰੇ ਵਾਲੇ ਨੂੰ ਕਰਾਂ। ਆਟਾ ਹੈਗਾ ਤੁਹਾਡੇ ਘਰ? ਹਾਂਜੀ, ਆਟਾ ਥੋੜ੍ਹਾ ਜਿਹਾ। ਆਟਾ ਹੈਗਾ ਨਾ? ਹਾਂਜੀ ਹਾਂਜੀ ਹੈਗਾ ਨਾ। ਹਾਂਜੀ ਹਾਂਜੀ। ਸਿਲੰਡਰ ਹੈਗਾ ਤੁਹਾਡੇ ਘਰ? ਅੱਛਾ ਹਾਂਜੀ, ਤੁਹਾਡਾ ਬਣ ਲਿਆ ਨਾ ਸਿਲੰਡਰ? ਬਣ ਲਿਆ, ਇੱਕ ਕਰ ਲਿਆ। ਅਖੰਡ ਪੱਤੀ ਦੇਖੋ ਇਹਨਾਂ ਦੀ ਹੈਗੀ ਆ? ਹਾਂ ਵੇਖੋ, ਪਿਆ ਸਾਰਾ ਦੇ ਦਾਣਾ ਤੱਕ ਪਈਆਂ ਨੇ। ਹੈ ਆ ਦੇਖੋ, ਫਿਰ ਆ ਦੇਖੋ ਜੀ, ਸੌਦਾ ਹੈਗਾ ਤੁਹਾਡੇ ਘਰ? ਆ ਪਿਆ ਦੋ ਸਿਲੰਡਰ ਹੈ ਲਾਇਆ ਨਾ? ਤਿੰਨ ਸਿਲੰਡਰ ਤੁਹਾਡੇ ਘਰ ਪਏ ਆ ਨਾ? ਠੀਕ ਹੈ ਨਾ, ਫਿਰ ਤੁਸੀਂ ਕਹਿ ਤਾਂ ਪਵਾਂਗੇ ਬੁਲਾ ਰਹੇ ਹੋ।
ਕਿਉਂ ਗਲਤ ਅਫਵਾਹਾਂ ਫੈਲਾ ਰਹੇ ਹੋ ਲੋਕਾਂ ਨੂੰ ਇਕੱਠਿਆਂ ਕਰ ਰਹੇ ਹੋ ਤੁਸੀਂ ਅਸੀਂ ਤਾਂ ਕਹਿ ਰਹੇ ਹਾਂ ਸਰਕਾਰ ਕਹਿ ਰਹੀ ਆ ਦੇਖੋ ਜੀ ਸਰਕਾਰ ਕਹਿ ਰਹੀ ਆ ਕਿ ਤੁਸੀਂ ਇਕੱਠੇ ਨਾ ਹੋ ਆਪਣਾ ਫਾਸਲਾ ਬਣਾ ਕੇ ਰੱਖੋ ਤੁਸੀਂ ਪਿੰਡ 'ਚ ਇਕੱਠ ਕਰਕੇ ਅਤੇ ਤੁਸੀਂ ਵੀਡੀਓ ਪਾਤੀ ਆ ਕਿ ਸਾਡੇ ਕੁਛ ਨਹੀਂ ਹੈਗਾ ਘਰ 'ਚ ਤੁਹਾਡਾ ਦੇਖੋ ਜੀ ਆਹ ਮਸ਼ੀਨ ਦੇਖੋ ਇਹਨਾਂ ਦੀ ਤੁਹਾਡੀ ਕਿਹੜੀ ਗਰੀਬੀ ਦੇਖਣਾ ਚਾਹੁੰਦੇ ਤੁਸੀਂ ਦੱਸੋ ਵੀਡੀਓ ਕਿਹੜੀ ਗਰੀਬੀ ਦੇਖਣਾ ਤੁਸੀਂ ਆਉਂਦੇ ਹੋ ਦੱਸੋ ਬਣਾਓ ਜੀ ਇੱਧਰ ਹੈ ਹਰ ਚੀਜ਼ ਤੁਹਾਡੇ ਘਰ ਅਵੇਲੇਬਲ ਹੈ ਕਿਉਂ ਗੁੰਮਰਾਹ ਕਰ ਰਹੇ ਹੋ ਤੁਸੀਂ ਸਰਕਾਰ ਨੂੰ ਹੈ ਕਿਉਂ ਕਰਦੇ ਹੋ ਜੀ ਏਦਾਂ ਤੁਸੀਂ ਪੁਲਿਸ ਮਹਿਕਮਾ ਪੱਬਾਂ ਭਾਰ ਹੋਇਆ ਪਿਆ ਸਿਵਲ ਪ੍ਰਸ਼ਾਸਨ ਸਾਡੇ ਨਾਲ ਪੱਬਾਂ ਭਾਰ ਹੋਇਆ ਪਿਆ ਡੀਸੀ ਸਾਹਿਬ ਦਾ ਉੱਥੋਂ ਫੋਨ ਆਇਆ ਐਸਡੀਐਮ ਸਾਹਿਬ ਦਾ ਫੋਨ ਸਾਡੇ ਅਫਸਰਾਂ ਦਾ ਫੋਨ ਆ ਵੀ ਜਾ ਕੇ ਪਤਾ ਲਓ ਕੀ ਗੱਲ ਆ ਪਰ ਤੁਸੀਂ ਕਿਉਂ ਝੂਠ ਬੋਲਦੇ ਹੋ ਨਾ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈ ਕਰੂੰਗਾ ਜਿਹੜੀ ਬਣਦੀ ਹੈ ਆ ਲਿਆਓ ਜੀ ਇੱਧਰ ਪੜਾਓ ਪੜਾਓ ਦੇਖੋ ਆਓ ਜੀ ਇੱਧਰ ਆ ਦੇਖੋ ਜੀ ਆ ਦੇਖੋ ਆਂਦੇ ਫੋਨ ਫਰਾਉਣੇ ਕੀ ਕਰਨੇ ਤੁਸੀਂ ਜੀ ਦੇਖੋ ਜੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਸਾਡਾ ਵੀ ਸਹਿਯੋਗ ਕਰ ਰਹੇ ਹੋ ਤੁਸੀਂ ਲੈ ਬਾਹਰ ਕੱਢੋ ਲੈ ਕੱਢੋ ਬਾਹਰ ਲਿਆਓ ਬਾਹਰ ਜੀ ਆਹ ਟਮਾਟਰ ਦੇਖੋ ਜੀ ਦੋ ਕਾਰਵਾਈ ਕਰਦਾ ਵਾਸ਼ਿੰਗ ਮਸ਼ੀਨ ਇਹਨਾਂ ਦੇ ਘਰ ਚਾਰ ਸਿਲੰਡਰ ਇਹਨਾਂ ਦੇ ਘਰ ਦੋ ਫਰਿੱਜਾਂ ਇਹਨਾਂ ਦੇ ਘਰ ਸਾਰਾ ਸਮਾਨ ਇਹਨਾਂ ਦੇ ਘਰ ਫਿਰ ਤੁਸੀਂ ਗਲਤ ਫੋਮ ਫਲਾ ਰਹੇ ਹੋ ਥੋੜੀ ਜਿਹੀ ਪਰਮਾਤਮਾ ਨੂੰ ਜਾਣ ਦੇਣੀ ਕਿਉਂ ਦੁਨੀਆਂ ਦਾ ਪਤਾ ਸੀ ਪਤਾ ਨੀ ਰਹਿਣਾ ਕਿ ਨਹੀਂ ਰਹਿਣਾ ਮੇਰੀ ਗੱਲ ਸੁਣੋ ਸਾਡਾ ਪਤਾ ਨੀ ਅਸੀਂ ਸਾਡਾ ਕਿੰਨਾ ਰਿਸ਼ਤਾ ਇੱਕ ਮਿੰਟ ਜੀ ਸਾਡਾ ਕਿੰਨਾ ਰਿਸ਼ਤਾ ਹੈਗਾ ਚਲੋ ਬੰਦ ਕਰੋ ਪਿਆਜ ਵੀ ਪਏ ਤੇਰੇ ਘਰ ਦੋ ਸਿਲੰਡਰ ਪਏ ਆ ਆਟਾ ਤੇਰੀ ਰਸੋਈ ਚ ਪਿਆ ਪਿਆਜ ਤੇਰੇ ਕੋਲ ਪਏ ਆ ਕਿਹੜੀ ਚੀਜ਼ ਦੀ ਕਮੀ ਹੈ ਤੈਨੂੰ ਦੇਖੋ ਏਦਾਂ ਦੇਖੋ ਇੱਕ ਮਿੰਟ ਪੂਰਾ ਸਾਡਾ ਦੇਸ਼ ਜਿਹੜਾ ਉਹ ਸੰਘਰਸ਼ ਕਰ ਰਿਹਾ ਤੁਸੀਂ ਲੋਕੀ ਅਫਵਾਹ ਫੈਲਾ ਕੇ ਸਾਨੂੰ ਗੁੰਮਰਾਹ ਕਰ ਰਹੇ ਹੋ ਪੂਰਾ ਦਿਨ ਅਸੀਂ ਸੜਕਾਂ ਤੇ ਰਹਿੰਦੇ ਹਾਂ ਹੈਂ ਤੇ ਜੋ ਤੁਹਾਡੇ ਵਰਗੇ ਸਾਨੂੰ ਦਸ ਫਲਾਵਾਂ ਏਦਾਂ ਫਲਾਉਣ ਵਾਲੇ ਆ ਜਾਂਦੇ ਅਸੀਂ ਕਿੱਥੇ ਜਾਵਾਂਗੇ ਤੁਹਾਡੀ ਖਾਤਰ ਅਸੀਂ ਬਾਹਰ ਰੋਡ ਤੇ ਬੈਠੇ ਹਾਂ ਸਰਕਾਰ ਦਾ ਪੂਰਾ ਜ਼ੋਰ ਲੱਗਣ ਡਿਆ ਹੈ ਤੁਸੀਂ ਇੱਕ ਤਾਂ ਇਕੱਠ ਕਰ ਲਿਆ ਕਰਫਿਊ ਲੱਗਾ ਤੁਸੀਂ ਇਕੱਠ ਕਰ ਲਿਆ ਆਪਣੇ ਘਰ ਵਿੱਚ ਕਰੋਨਾ ਫੈਲਾਉਣ ਵਾਸਤੇ ਕਿਉਂ ਕੀਤਾ ਜੀ ਮੈਂ ਤੁਹਾਡੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਕਰੂੰਗਾ ਸਰ ਬਿਲਕੁਲ ਹੀ ਮਤਲਬ ਨਾਰਮਲ ਆ ਦੇਖੋ ਜੀ ਇੱਕ ਮਿੰਟ ਹਾਂਜੀ ਨਾਰਮਲ ਹੈ ਖਾਲੀ ਆ ਦੇਖੋ ਜੀ ਚੌਲ ਹਾਂਜੀ ਬਣੇ ਪਏ ਆ ਕਿੱਥੇ ਆ ਡੱਬੀ ਹਾਂਜੀ ਇਕੱਠੀਆਂ ਲੋਕਾਂ ਨੂੰ ਅਫਵਾਹ ਫੈਲਾਉਣ ਡੇ ਹੋ ਚਲੋ ਬਾਹਰ ਜੀ ਚਲੋ ਬਾਹਰ ਬੰਦ ਕਰੋ ਸਰਕਾਰ ਦਾਅਵੇ ਕਰਦੀ ਹੈ ਟੀਵੀ ਦਿਖਾਈ ਜਾਂਦੀ ਹੈ ਸਭ ਝੂਠ ਇੱਕ ਨਾ ਜੀ ਵੀਡੀਓ ਵਾਇਰਲ ਹੋਈ ਸੀ ਹਰੂਵਾਲ ਤੋਂ ਜੀ ਦੋ ਜਣੇ ਸੀ ਨਰਿੰਦਰ ਅਤੇ ਭੁਪਿੰਦਰ ਜੀ ਉਹਨਾਂ ਦੇ ਨਾਲ ਕਾਫੀ ਲੇਡੀਜ਼ ਸੀਗੀਆਂ
ਉਹਨਾਂ ਵੀਡੀਓ ਵਾਇਰਲ ਕੀਤੀ ਵੀ ਸਰਕਾਰ ਅਤੇ ਪ੍ਰਸ਼ਾਸਨ ਸਾਨੂੰ ਪੁੱਛ ਨਹੀਂ ਰਿਹਾ, ਸਾਡੇ ਘਰ ਕੋਈ ਰਾਸ਼ਨ ਨਹੀਂ ਹੈਗਾ ਖਾਣ ਨੂੰ। ਤੋ ਇਮੀਡੀਏਟਲੀ ਮੈਂ SDM ਸਾਹਿਬ ਨਾਲ ਗੱਲ ਕੀਤੀ, ਇੱਕ ਪਟਵਾਰੀ ਨੂੰ ਡਿਪਿਊਟ ਕੀਤਾ, ਨਾਲ ਮੈਂ ਆਪਣੇ ਮੁੱਖ ਅਫਸਰ SHO ਥਾਣਾ ਡੇਰਾ ਬਾਬਾ ਨਾਨੂ ਗਿਆ ਵੀ ਇਮੀਡੀਏਟਲੀ ਉੱਥੇ 5-7 ਕਿੱਟਾਂ ਲਓ ਖਾਣੇ ਦੀਆਂ ਰਾਸ਼ਨ ਦੀਆਂ, ਅਤੇ ਉਹਨਾਂ ਦੇ ਘਰ ਲੈ ਕੇ ਚਲੋ ਜਿਨ੍ਹਾਂ ਦੇ ਘਰ ਰਾਸ਼ਨ ਨਹੀਂ ਹੈਗਾ। ਲੇਕਿਨ ਉਹ ਜਦੋਂ ਜਾ ਕੇ ਚੈੱਕ ਕੀਤਾ, ਇੱਕ ਦੇ ਘਰ 4 ਸਿਲੰਡਰ, ਇੱਕ ਦੇ ਘਰ 2 ਸਿਲੰਡਰ, ਅਤੇ ਕਿਚਨ ਚੈੱਕ ਕੀਤੀ, ਉਹਦੀ ਵੀ ਅਸੀਂ ਮੂਵੀ ਬਣਾਈ ਹੈ। ਟੋਟਲੀ ਸਮਾਨ ਉਹਨਾਂ ਦੇ ਘੱਟੋ ਇੱਕ ਦੇ ਘਰ 25-30 ਕਿਲੋ ਆਲੂ, 10 ਕਿਲੋ ਤੋਂ ਵੱਧ ਪਿਆਜ਼ ਹੋਣੇ ਆ, ਸਾਰੇ ਆਟੇ ਦੇ ਡਰੰਮ ਭਰੇ ਪਏ। ਲੇਕਿਨ ਅਸੀਂ ਉਹ ਜਦੋਂ ਚੈੱਕ ਕੀਤੀ ਉਹਦੀ ਵਾਇਰਲ, ਉਹਨੂੰ ਪੁੱਛਿਆ ਵੀ ਇਹ ਵੀਡੀਓ ਕਿਉਂ ਵਾਇਰਲ ਕੀਤੀ, ਨਹੀਂ ਜੀ ਅਸੀਂ ਗਲਤੀ ਕਰ ਲਈ ਹੈ। ਤੋ ਇਸ ਤਰ੍ਹਾਂ ਦੀ ਉਹਨੂੰ ਨਹੀਂ ਸੀ ਕਰਨਾ ਚਾਹੀਦਾ, ਉਹਦੇ ਖਿਲਾਫ਼ ਜਿਹੜੀ ਕਾਨੂੰਨ ਦੀ ਕਾਰਵਾਈ ਅਮਲ 'ਚ ਲਿਆ ਰਹੇ ਹਾਂ ਵੀ ਉਹਨੇ ਇੱਕ ਇਕੱਠ ਕੀਤਾ ਪਿੰਡ 'ਚ ਇੰਨਾ ਵਾਇਰਸ ਦੇ ਹੁੰਦਿਆਂ ਵੀ, ਕਰਫਿਊ ਲੱਗਿਆਂ ਦੇ ਹੁੰਦਿਆਂ ਵੀ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨੇ ਆ। ਅਤੇ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜੇ ਇਹੋ ਜਿਹੇ? ਅਪੀਲ ਇਹੀ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਕੋਈ ਜਾਇਜ਼ ਆਪਣੇ ਆਪ ਨੂੰ ਸਮਝਦਾ ਕਿ ਮੇਰੇ ਘਰ ਰਾਸ਼ਨ ਨਹੀਂ ਹੈਗਾ, ਉਹ ਹੈਲਪਲਾਈਨ ਨੰਬਰ ਆ ਸਾਡੇ ਵਾਲਾ ਵੀ ਨੰਬਰ ਚੱਲ ਰਿਹਾ, SDM ਸਾਹਿਬ ਦਾ, DC ਸਾਹਿਬ ਦਾ ਵੀ, ਉਹਦੇ 'ਤੇ ਕਾਲ ਕਰ ਸਕਦਾ। ਅਸੀਂ ਉਸੇ ਵੇਲੇ ਉਹਨਾਂ ਨੂੰ ਕਿੱਟ ਮੁਹੱਈਆ ਕਰਾਵਾਂਗੇ, ਜੇ ਕਿਸੇ ਦਾ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇ। ਲੇਕਿਨ ਝੂਠ ਵੀਡੀਓ ਨੂੰ ਪਾ ਦੇਣਾ, ਉਹਦੇ ਵਾਸਤੇ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਅਤੇ ਹੁਕਮ ਇਹਨਾਂ ਨੂੰ ਕਰਦੇ ਹਾਂ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ ਜਿਹਦੀ ਵੀ ਵੀਡੀਓ ਜਿਹੜੀ ਆ ਗਲਤ ਸਾਬਤ। ਕਿਹੜੀ ਧਾਰਾ ਲਾਈ ਹੈ ਇਹਨਾਂ? ਇਹਨਾਂ 188 IPC ਦਾ ਪਰਚਾ ਦਿੱਤਾ। ਦਰਅਸਲ ਇਸ ਤਰ੍ਹਾਂ ਵੀਡੀਓ ਵਾਇਰਲ ਕਰ ਇਹਨਾਂ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਸਰਕਾਰ ਉਹਨਾਂ ਨੂੰ ਕੁਝ ਤਾਂ ਦੇਵੇਗੀ, ਪਰ ਸ਼ਾਇਦ ਇਹਨਾਂ ਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ SHO ਉਹਨਾਂ ਦੇ ਘਰ ਇਕੱਲੇ ਇਕੱਲੇ ਭਾਂਡੇ ਨੂੰ ਚੱਕ ਕੇ ਵੇਖਣਗੇ ਕਿ ਆਖਰ ਇਸ 'ਚ ਕਿੰਨੇ ਗ੍ਰਾਮ ਸਮਾਨ ਹੈ। ਸੋ ਹੁਣ ਦੋਹਾਂ ਜਣਿਆਂ 'ਤੇ 188 ਅਧੀਨ ਪਰਚਾ ਦਰਜ ਹੋ ਚੁੱਕਿਆ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਪੰਜਾਬੀ TV।